ਕਰਫਿਊ ਲੱਗਣ ਕਾਰਨ ਜਿੱਥੇ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਹਨ ਉੱਥੇ ਹੀ ਦੁੱਧ ਵਿਕਰੇਤਾਵਾਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਦੁੱਧ ਵੇਚਣ ਲਈ ਫੈਕਟਰੀ ਜਾਂਦੇ ਹਨ, ਪਰ ਜ਼ਿਆਦਾ ਖਪਤ ਨਾ ਹੋਣ ਕਾਰਨ ਫੈਕਟਰੀ ਵਾਲਿਆਂ ਨੇ ਦੁੱਧ ਲੈਣ ਤੋਂ ਇਨਕਾਰ ਕਰ ਦਿੱਤਾ। ਸਟਾਕ ਜ਼ਿਆਦਾ ਹੋਣ ਕਾਰਨ ਉਹਨਾਂ ਕੋਲ ਰੱਖਣ ਦਾ ਕੋਈ ਸਾਧਨ ਨਹੀਂ ਹੈ, ਜਿਸ ਕਾਰਨ ਮਜਬੂਰ ਹੋ ਕੇ ਉਹਨਾਂ ਨੂੰ ਸਾਰਾ ਦੁੱਧ ਨਹਿਰ ਵਿੱਚ ਸੁੱਟਣਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਹੀ ਇਸ ਦਾ ਕੋਈ ਹੱਲ ਕੀਤਾ ਜਾਵੇ। ਜੇ ਇਵੇਂ ਹੀ ਚੱਲਦਾ ਰਿਹਾ ਤਾਂ ਛੋਟੇ ਕਾਰੋਬਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਲਾਮ ਅਲੈਕੁਮ, ਮੈਂ ਮੁਹੰਮਦ ਬਸ਼ੀਰ, ਸ਼ੇਰਪੁਰ ਪੰਜਾਬ ਦਾ ਰਹਿਣ ਵਾਲਾ ਹਾਂ, ਡਿਸਟ੍ਰਿਕਟ ਸੰਗਰੂਰ। ਆਲ ਇੰਡੀਆ ਮਹਾਂਸਭਾ ਗੁੱਜਰ ਸੰਗਠਨ ਦਾ ਮੈਂ ਪੰਜਾਬ ਦਾ ਚੇਅਰਮੈਨ ਹਾਂ, ਔਰ ਆਲ ਇੰਡੀਆ ਮਹਾਂਸਭਾ ਗੁੱਜਰ ਸੰਗਠਨ ਦੀ ਤਰਫ ਤੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੋ ਗਰੀਬ ਲੋਕ ਹੈ ਉਹ ਮਜਬੂਰ ਹੋ ਚੁੱਕਿਆ ਹੈ ਲੋਕਡਾਊਨ ਦੀ ਵਜ੍ਹਾ ਨਾਲ, ਔਰ ਜੋ ਲੋਕ ਮੈਸਾਂ ਚਾਰਦੇ ਹਨ ਗੁੱਜਰ, ਖਾਸ ਕਰਕੇ ਗੁੱਜਰ ਸਮਾਜ ਮੈਸਾਂ ਚਾਰਦੇ ਹਨ ਜਾਂ ਦੁੱਧ ਦਾ ਕਾਰੋਬਾਰ ਕਰਦੇ ਹਨ, ਕਿਉਂਕਿ ਉਹਨਾਂ ਦਾ ਦੁੱਧ ਦੇ ਸਿਰ 'ਤੇ ਹੀ ਕਾਰੋਬਾਰ ਥਾ, ਅੱਜ ਦੁੱਧ ਵਿਕਣੋ ਬੰਦ ਹੋ ਚੁੱਕਾ ਹੈ। ਮੇਰੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਜਲਦ ਤੋਂ ਜਲਦ ਦੁੱਧ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਇਹ ਲੋਕ ਆਪਣਾ ਦੁੱਧ ਵੇਚ ਕੇ ਤਾਂ ਆਪਣਾ ਗੁਜ਼ਾਰਾ ਕਰ ਸਕਣ। ਬਾਕੀ ਜੋ ਲੋਕਡਾਊਨ ਕੀਤਾ ਹੈ ਸਰਕਾਰ ਨੇ ਸਾਡੀ ਭਲਾਈ ਵਾਸਤੇ ਹੈ, ਇਹਦਾ ਮੈਂ ਸਮਰਥਨ ਕਰਦਾ ਹਾਂ, ਔਰ ਪਤਾ ਨਹੀਂ ਕਿੰਨੇ ਕੁ ਦਿਨ ਹੋਰ ਲੋਕਡਾਊਨ ਚੱਲੇਗਾ। ਗਰੀਬ ਲੋਕ ਜੋ ਹਨ ਬਹੁਤ ਮਜਬੂਰ ਹੋ ਚੁੱਕੇ ਨੇ, ਤਾਂ ਕਿ ਮੇਰੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ ਕਿ ਇਹਨਾਂ ਦੇ ਬਾਰੇ ਕੁਛ ਨਾ ਕੁਛ ਸੋਚਿਆ ਜਾਵੇ।